ਗਿਆ। ਇੱਕ ਅੱਧੇ ਦਿਨ 'ਚ ਅਸੀਂ ਨੋਮੀਨੇਸ਼ਨ ਪੇਪਰ ਫਾਈਲ ਕਰਾਂਗੇ ਔਰ ਮੈਨੂੰ ਲੱਗਦਾ ਕਿ ਵੱਡੇ ਫਰਕ ਦੇ ਨਾਲ ਅਸੀਂ ਜਿਹੜੀ ਜਲੰਧਰ ਜ਼ਿਮਨੀ ਚੋਣ ਜਿੱਤਾਂਗੇ। ਮੁੱਖ ਮੰਤਰੀ ਨੇ ਡੇਰੇ ਲਾਉਣ ਦੀ ਗੱਲ ਕਹੀ ਹੈ ਜਲੰਧਰ ਦੇ ਵਿੱਚ, ਕਿਵੇਂ ਦੇਖਦੇ? ਮੁੱਖ ਮੰਤਰੀ ਕਿੱਥੇ ਕਿੱਥੇ ਡੇਰੇ ਲਾਉਣਗੇ? ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਲੀਡਰ ਸਾਹਿਬਾਨਾਂ ਨੂੰ ਕਿ ਇਸ ਤਰ੍ਹਾਂ ਗਮਰਾਹ ਨਾ ਕਰਨ ਲੋਕਾਂ ਨੂੰ। ਹੁਣ ਚੀਫ ਮਿਨਿਸਟਰ ਸਾਹਿਬ ਨੇ ਕਿਹਾ ਮੈਂ ਉੱਥੇ ਘਰ ਲੈ ਲਿਆ, ਹੁਣ ਚੀਫ ਮਿਨਿਸਟਰ ਸਾਹਿਬ ਨੂੰ ਫਿਰ 6 ਘਰ ਹੋਰ ਲੈਣੇ ਪੈਣੇ ਆ ਕਿਉਂਕਿ ਹੋਰ ਵਿਧਾਨ ਸਭਾ ਦੀਆਂ ਚੋਣਾਂ, ਮੈਂ ਕਹਿੰਦਾ ਉੱਥੇ ਵੀ ਬੁਕਿੰਗ ਕਰਾ ਦੇਣ। ਸੋ ਡੇਰੇ ਲਾਉਣੇ ਨਹੀਂ ਲਾਉਣੇ ਇਹ ਲੋਕਾਂ ਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ। ਲੋਕਾਂ ਨੂੰ ਮਤਲਬ ਹੈ ਕਿ ਪੰਜਾਬ ਦੇ ਹਾਲਾਤ ਕੀ ਨੇ। ਪੰਜਾਬ ਦੇ ਵਿੱਚ 14 ਦਿਨਾਂ 'ਚ ਓਵਰਡੋਜ਼ ਨਾਲ 14 ਮੌਤਾਂ ਹੋਈਆਂ। ਅੱਜ ਬਿਜਲੀ ਤੋਂ ਲੋਕ ਤਰਾਸ ਤਰਾਸ ਕਰ ਰਹੇ ਨੇ। ਇਹ ਜਿਹੜੇ ਕਹਿੰਦੇ ਸੀ 12 ਘੰਟੇ ਬਿਜਲੀ, 18 ਘੰਟੇ ਬਿਜਲੀ, ਬਿਜਲੀ ਵਾਧੂ ਹੈ, ਹੁਣ ਕਿੱਥੇ ਬਿਜਲੀ? ਇਹ ਪਿਛਲੀ ਵਾਰੀ ਫਲੱਡ ਆ ਗਏ, ਪਾਣੀ ਆ ਗਿਆ, ਵਾਧੂ ਜਿਹੜੀ ਵਾਧੂ ਬਿਜਲੀ ਸੀ ਉੱਧਰ ਚਲੀ ਗਈ, ਇੱਥੇ ਲੋਕਾਂ ਦੀ ਵਰਤੋਂ ਨਹੀਂ ਆਈ ਅਤੇ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ। ਹਾਲਾਂਕਿ ਇਹੀ ਕਹਿਣ ਦੀ ਲੋੜ ਸੀ ਕਿ ਬਿਜਲੀ ਸਾਡੇ ਕੋਲ ਉਹੀ 6-7 ਘੰਟੇ ਹੈ, ਲੇਕਿਨ ਇਸ ਕਰਕੇ ਬਿਜਲੀ ਦੀ ਇਸ ਵਾਰੀ ਵਰਤੋਂ ਨਹੀਂ ਹੋਈ ਤਾਂ ਅਸੀਂ ਆ ਐਕਸੈਸ 'ਚ ਬਿਜਲੀ ਲੋਕਾਂ ਨੂੰ ਦਿੱਤੀ ਹੈ। ਅੱਜ ਉਹ ਪੋਲ ਖੁੱਲ੍ਹ ਗਈ ਹੈ। ਸੋ ਮੈਨੂੰ ਲੱਗਦਾ ਬਹੁਤ ਸਾਰੇ ਮੁੱਦਿਆਂ 'ਤੇ ਪੰਜਾਬ ਦੇ 'ਤੇ ਚਰਚਾ ਕਰਨ ਦੀ ਲੋੜ ਹੈ। ਮੁੱਖ ਮੰਤਰੀ ਸਾਹਿਬ ਨੂੰ ਉਹਦੇ 'ਤੇ ਸੰਜੀਦਗੀ ਵਿਖਾਉਣੀ ਚਾਹੀਦੀ। ਇੱਕ ਨੀਟ ਦਾ ਪੇਪਰ ਹੈ ਨਾ, ਉਹਦੇ ਨੀਟ ਦੇ ਪੇਪਰ ਵਿੱਚ ਘਪਲਾ ਹੋਇਆ ਬਾਰੇ ਕੀ ਕਹਿਣਾ? ਹਾਂਜੀ, ਨੀਟ ਦੇ ਵਿੱਚ ਲੋਕਾਂ ਨਾਲ ਬਹੁਤ ਵੱਡਾ, ਮੈਂ ਸਮਝਦਾ ਕਿ ਧੋਖਾ ਹੋਇਆ ਨੌਜਵਾਨਾਂ ਦੇ ਨਾਲ, ਔਰ ਮੈਨੂੰ ਲੱਗਦਾ ਬਹੁਤ ਸਾਰੇ ਨੌਜਵਾਨਾਂ ਨੇ ਡਿਪਰੈਸ਼ਨ ਦੇ ਸ਼ਿਕਾਰ ਹੋ ਗਏ, ਲੋਕਾਂ ਨੇ ਕਈ ਲੋਕਾਂ ਨੇ ਸੂਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਈ ਕਰ ਗਏ ਹੈ। ਸੋ ਮੈਨੂੰ ਲੱਗਦਾ ਇਹਦੇ 'ਚ ਵੱਡੇ ਲੈਵਲ 'ਤੇ ਇਨਕੁਆਇਰੀ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਦਾ ਕੋਈ ਸਿਟਿੰਗ ਜੱਜ ਇਹਦੇ 'ਤੇ ਇਨਕੁਆਇਰੀ ਕਰੇ, ਨਾ ਕਿ CBI ਤਾਂ ਸਰਕਾਰ ਦੀ ਹੈ। ਸੋ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਇਸ ਗੱਲ ਦੀ ਨਿੰਦਾ ਕਰਦੀ ਹੈ, ਇਨਕੁਆਇਰੀ ਮੰਗਦੀ ਹੈ, ਔਰ ਨਾਲ ਹੀ ਨਾਲ ਕੱਲ੍ਹ ਨੂੰ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਨੇ ਨੌਜਵਾਨਾਂ ਦੇ ਲਈ ਧਰਨੇ ਵੀ ਰੱਖੇ ਹੋਏ। ਪੰਜਾਬ ਦੇ ਨਸ਼ੇ ਦੇ ਪ੍ਰਕੋਪ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਨਸ਼ੇ ਦਾ ਦੱਸ ਤਾਂ ਦਿੱਤਾ, ਪ੍ਰਕੋਪ ਕੀ ਹੋਣਾ? ਕਿਸੇ ਨੇ ਅਰਦਾਸ ਕਰਾਤੀ ਜਾ ਕੇ ਗੁਰਦੁਆਰਾ ਸਾਹਿਬ 'ਚ, ਕਿਸੇ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਲਈ, ਨਸ਼ਾ ਉੱਥੇ ਦਾ ਉੱਥੇ ਨਹੀਂ ਹੈ, 4 ਗੁਣਾ ਨਸ਼ਾ ਵੱਧ ਗਿਆ ਹੈ। ਇਹਦੇ 'ਤੇ ਚਰਚਾ ਕਰਨ ਦੀ ਲੋੜ ਹੈ, ਨਾ ਕਿ ਇੱਕ ਦੂਜੇ 'ਤੇ ਇਲਜ਼ਾਮ ਲਾਉਣ ਦੀ ਲੋੜ ਹੈ। ਸੋ ਇਹ ਸਰਕਾਰ ਨੂੰ ਕਰਨਾ ਚਾਹੀਦਾ, ਵਿਧਾਨ ਸਭਾ ਦਾ ਸਤਰ ਸੱਦਣ, ਘੱਟੋ ਘੱਟ 1 ਹਫ਼ਤਾ ਨਸ਼ੇ ਦੇ ਮੁੱਦੇ 'ਤੇ ਚਰਚਾ ਹੋਣੀ ਚਾਹੀਦੀ ਹੈ। ਸਾਰੀਆਂ ਪਾਰਟੀਆਂ ਨੂੰ ਸੰਜੀਦਗੀ ਦੇ ਨਾਲ ਇਹਦੇ 'ਤੇ ਕੰਮ ਕਰਨਾ ਚਾਹੀਦਾ, ਔਰ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ। ਇਹ ਨਹੀਂ 8 ਫੜ ਲਏ, 18 ਫੜ ਲਏ, 12 ਫੜ ਲਏ, ਨਸ਼ਾ ਕਿਉਂ ਵੱਧ ਰਿਹਾ? ਸੋ ਇਸੇ ਕਰਕੇ 14 ਦਿਨਾਂ 'ਚ 14 ਮੌਤਾਂ ਹੋ ਗਈਆਂ, ਕਿਉਂਕਿ ਸੰਜੀਦਗੀ ਨਹੀਂ ਹੈ ਸਰਕਾਰ ਦੀ।